खन्ना पुलिस वालों असला सप्लाई करने वाले अंतरराजी गिरोह का पर्दाफाश करके दो व्यक्तियों को 8 असले 14 मैगजीन और 5 जिंदा कारतूस समेत गिरफ्तार किया। श्रीमती अमनीत कौंडल सीनियर पुलिस कप्तान खन्ना ने प्रेस कॉन्फ्रेंस करके जानकारी देते हुए दसिया कि खन्ना पुलिस नूं उस वेले वड्डी सफलता हासिल हुई जदों पुलिस ने उक्त मुकदमे विच 4 दोषियों नूं गिरफ्तार करके दोषियों कोलों 8 असले बरामद किए। उन्हें दसिया कि मंजी साहब कोटा तो उन्होंने इतलाह मिली कि 4-5 लोग कार में सवार होकर दिल्ली साइड तो लुधियाने वाल जा रहे हैं, जिन्हों को गैर कानूनी असला है। इसते तुरंत कार्रवाई करते हुए GT रोड पिंड मंडियाला कलां दे नाकाबंदी करके गड्डी दी चैकिंग दौरान कार नूं रोकिया तां उस विच 4 लड़के बैठे सन, जिन्हों की तलाशी दौरान 3 पिस्टल 32 बोर्ड समेत 3 खाली मैगजीन बरामद किए, जिसते उक्त दोषियों नूं गिरफ्तार करके 4 दिन का पुलिस रिमांड हासिल किया। इन्हां दे खिलाफ पंजाब दे वख-वख जिलों विच मुकदमे दर्ज हन, जो काफ़ी लंबे समय तो इन्हां मुकदमियां विच भगौड़ा करार दिता होया है। ਮਾਨਯੋਗ CM ਪੰਜਾਬ ਔਰ DGP ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਡੀ ਕੰਟੀਨਿਊਸ ਖੰਨਾ ਪੁਲਿਸ ਦੀ ਡਰਾਈਵ ਚੱਲ ਰਹੀ ਹੈ ਮਾੜੇ ਅਨਸਰਾਂ ਦੇ ਵਿਰੁੱਧ, ਚਾਹੇ ਉਹ ਡਰੱਗਸ ਹੋਣ, ਚਾਹੇ ਉਹ ਅਸਲਾ ਹੋਏ ਜਾਂ ਕੋਈ ਵੀ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਹੋਏ। ਇਹਦੇ ਕੰਟੀਨਿਊਸ਼ਨ 'ਚ ਸਾਡੀ ਖੰਨਾ ਪੁਲਿਸ ਨੂੰ ਰੀਸੈਂਟਲੀ ਵੱਡੀ ਸਫਲਤਾ ਹਾਸਲ ਹੋਈ ਹੈ, ਜਦੋਂ ਸਾਡੀ ਟੀਮ ਲੈਡ ਬਾਏ SPD ਪ੍ਰਗਿਆ ਜੈਨ, ਇੰਚਾਰਜ CIA ਇੰਸਪੈਕਟਰ ਅਮਨਦੀਪ ਸਿੰਘ ਔਰ SHO ਸਦਰ, ਇਹਨਾਂ ਦੀ ਟੀਮ ਨੇ ਇੱਕ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਉਹਦੇ 'ਚ 4 ਮੁਲਜ਼ਮ ਅਸੀਂ ਫੜੇ ਹੈ, ਜਿਹੜੇ ਕਿ ਪਵਿੱਤਰ ਹੁਸਨਦੀਪ ਗੈਂਗ ਦੇ, ਜਿਨ੍ਹਾਂ 'ਚੋਂ ਇੱਕ ਬੰਦਾ ਪਵਿੱਤਰ ਹੁਸਨਦੀਪ ਗੈਂਗ ਦਾ ਮੈਂਬਰ ਹੈ ਔਰ ਇੱਕ ਧਰਮਨ ਕਾਲੋ ਗੈਂਗ ਦੇ ਵੀ ਉਹਨਾਂ 'ਚੋਂ 2 ਮੈਂਬਰ ਗ੍ਰਿਫਤਾਰ ਕੀਤੇ ਗਏ। ਔਰ ਇਸ ਤਹਿਤ ਸਾਨੂੰ 8 ਅਸਲੇ, 14 ਮੈਗਜ਼ੀਨ ਔਰ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ ਜੀ, ਸਾਨੂੰ 15 ਮਈ ਨੂੰ ਥਾਣਾ ਸਦਰ ਦੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ, ਸੀਕ੍ਰੇਟ ਇਨਫੋਰਮੇਸ਼ਨ, ਕਿ 4-5 ਨਾਮਾਲੂਮ ਵਿਅਕਤੀ ਇੱਕ ਵਾਈਟ ਹੁੰਡਾਏ ਵੈਨਿਊ ਗੱਡੀ 'ਚ, ਜਿਹਦਾ ਨੰਬਰ PV18X8135 ਹੈ, ਇਹਦੇ 'ਚ ਸਵਾਰ ਹੋ ਕੇ ਦਿੱਲੀ ਸਾਈਡ ਤੋਂ ਲੁਧਿਆਣਾ ਸਾਈਡ ਵੱਲ ਆ ਰਹੇ, ਅਤੇ ਇਮੀਡੀਏਟਲੀ ਅਸੀਂ ਇਨਫੋਰਮੇਸ਼ਨ ਦੇ ਬਿਹਾਫ 'ਤੇ FIR ਨੰਬਰ 83 ਅੰਡਰ ਸੈਕਸ਼ਨ 25-54-59 ਅਸਲਾ ਐਕਟ ਰਜਿਸਟਰ ਕੀਤਾ। ਔਰ ਉਸ ਤੋਂ ਬਾਅਦ ਅਸੀਂ, ਸਾਡੀ ਜਿਹੜੀ ਟੀਮ ਹੈ ਉਹ GT ਰੋਡ ਪਿੰਡ ਮੰਡਿਆਲਾ ਕਲਾਂ 'ਤੇ ਅਸੀਂ ਨਾਕਾਬੰਦੀ ਕੀਤੀ, ਅਤੇ ਐਜ਼ ਪਰ ਇਨਫੋਰਮੇਸ਼ਨ ਇਹ ਗੱਡੀ ਨੂੰ ਅਸੀਂ ਇੰਟਰਸੈਪਟ ਕੀਤਾ, ਅਤੇ ਉਹਦੇ 'ਚ 4 ਮੁੰਡੇ ਬੈਠੇ ਹੋਏ ਸੀ, ਜਿਨ੍ਹਾਂ ਦੀ ਪੁੱਛਗਿੱਛ 'ਚ ਉਹਨਾਂ ਦੇ ਨਾਂ ਪਤਾ ਲੱਗੇ। ਇੱਕ ਦਾ ਨਾਂ ਹੈ ਹਰਦੇਵ ਸਿੰਘ ਉਸ ਦੇਵ, ਦੂਜਾ ਰਵਿੰਦਰਪਾਲ ਸਿੰਘ, ਤੀਜਾ ਮਨਪ੍ਰੀਤ ਸਿੰਘ ਔਰ ਚੌਥਾ ਧਰਮਪ੍ਰੀਤ ਸਿੰਘ। ਇਹ ਚਾਰੋਂ ਜਿਹੜੇ ਨੌਜਵਾਨ ਨੇ ਜ਼ਿਲ੍ਹਾ ਬਟਾਲਾ ਦੇ ਰਹਿਣ ਵਾਲੇ ਹੈਗੇ, ਔਰ ਇਹਨਾਂ ਦੀ ਜਿਹੜੀ ਸੀ ਤਲਾਸ਼ੀ ਕੀਤੀ ਗਈ ਗੱਡੀ ਦੀ, ਉਹਦੇ 'ਚ ਹਰਦੇਵ ਸਿੰਘ, ਰਵਿੰਦਰਪਾਲ ਸਿੰਘ ਔਰ ਧਰਮਪ੍ਰੀਤ ਸਿੰਘ ਹੈ, ਇਹਨਾਂ ਤਿੰਨਾਂ ਪਾਸੋਂ 1-1 ਪਿਸਟਲ, 32 ਬੋਰ ਅਲੋਂਗ ਵਿਦ ਮੈਗਜ਼ੀਨ, 3 ਖਾਲੀ ਮੈਗਜ਼ੀਨ ਬਰਾਮਦ ਹੋਏ ਸੀਗੇ, ਅਤੇ ਇਸ ਬਿਹਾਫ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਹਰਦੇਵ ਸਿੰਘ ਉਰਫ ਦੇਵ ਹੈ, ਇਹਦਾ ਸੰਬੰਧ ਪਵਿੱਤਰ ਹੁਸਨਦੀਪ ਗੈਂਗ ਦੇ ਨਾਲ ਹੈ, ਜਿਨ੍ਹਾਂ ਜਿਹੜਾ ਇਹ ਹਰਦੇਵ ਹੈ ਹੁਸਨਦੀਪ ਦੇ ਨਾਲ ਅੰਮ੍ਰਿਤਸਰ ਜੇਲ੍ਹ 'ਚ ਪੁਰਾਣੇ ਸਮੇਂ 'ਚ ਉਹਨੂੰ ਉੱਥੇ ਮਿਲਿਆ ਸੀਗਾ, ਔਰ ਉਸ ਤੋਂ ਬਾਅਦ ਹਰਦੇਵ ਨੇ ਅਸਲੇ ਦੀ ਅੰਤਰਰਾਜੀ ਸਪਲਾਈ ਸ਼ੁਰੂ ਕਰ ਦਿੱਤੀ ਔਰ ਵੱਡੇ ਪੱਧਰ 'ਤੇ ਨਸ਼ੇ ਦਾ ਵੀ ਕਾਰੋਬਾਰ ਸ਼ੁਰੂ ਕੀਤਾ ਸੀਗਾ। ਇਸ ਦੇ ਖਿਲਾਫ਼ ਪੰਜਾਬ ਦੇ ਵੱਖਰੇ ਜ਼ਿਲ੍ਹਿਆਂ 'ਚ NDPS ਔਰ 304 ਦਾ ਮੁਕੱਦਮਾ ਵੀ ਦਰਜ ਹੈ, ਔਰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜੇ NDPS ਦੇ ਪਰਚੇ ਇਹਦੇ 'ਤੇ ਬਟਾਲਾ ਸਾਈਡ ਦੇ, ਉਹਦੇ 'ਚ ਇਹ ਭਗੌੜਾ ਵੀ ਡਿਕਲੇਅਰ ਕੀਤਾ ਗਿਆ। ਔਰ ਦੂਜੀ ਗੱਲ ਇਹ ਸਾਹਮਣੇ ਆਈ ਕਿ ਜਿਹੜਾ ਰਵਿੰਦਰਪਾਲ ਸਿੰਘ ਹੈ, ਇਹਦਾ ਲਿੰਕ ਧਰਮਨ ਕਾਲੋ ਗਰੁੱਪ ਦੇ ਨਾਲ ਹੈ, ਇਹ ਉਹਨਾਂ ਦਾ ਖਾਸ ਗੁਰਗਾ ਹੈ, ਔਰ ਇਸ ਦੇ ਖਿਲਾਫ਼ ਵੀ ਪੰਜਾਬ ਦੇ ਵੱਖ ਵੱਖ ਥਾਣਿਆਂ 'ਚ NDPS ਐਕਟ ਦੇ ਪਰਚੇ, ਅਸਲਾ ਐਕਟ ਔਰ ਅਟੈਂਪਟ ਟੂ ਮਰਡਰ ਦਾ FIR ਵੀ ਦਰਜ ਹੈਗਾ। ਔਰ ਜਿਹੜਾ ਰਵਿੰਦਰਪਾਲ ਸਿੰਘ ਹੈ, ਇਸ ਦੀ ਨਿਸ਼ਾਨਦੇਹੀ 'ਤੇ ਅੱਗੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ 3 ਪਿਸਟਲ, 32 ਬੋਰ, 5 ਮੈਗਜ਼ੀਨ ਔਰ 3 ਜ਼ਿੱਦਾ ਰਾਊਂਡ ਉਹਦੇ ਖੇਤਾਂ 'ਚੋਂ ਬਰਾਮਦ ਹੋਏ ਬਟਾਲੇ ਤੋਂ। ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਰਵਿੰਦਰਪਾਲ ਹੈ, ਇਹਨੇ ਜਿਹੜੇ ਵੈਪਨਸ ਲੈ ਕੇ ਆਇਆ, ਇਹ ਮੱਧ ਪ੍ਰਦੇਸ਼ 'ਚ ਇੱਕ ਸੰਦੌਰ ਜਗ੍ਹਾ ਹੈ ਜਿਹੜੀ ਇੰਦੌਰ ਦੇ ਕੋਲ ਹੈ, ਉੱਥੋਂ ਇਹ ਲੈ ਕੇ ਆਇਆ, ਬਟ ਇਹਦਾ ਵਿੱਚ ਲਿੰਕ ਸੀਗਾ ਜੇਲ੍ਹ 'ਚ ਬੈਠਾ ਇੱਕ ਹੋਰ ਇਹਦਾ ਸਾਥੀ ਹੈ, ਉਹਨੇ ਇਹਨੂੰ ਦੱਸਿਆ ਸੀ ਕਿ ਇੱਥੋਂ ਵੈਪਨਸ ਲੈ ਕੇ ਆ,
ਤੇ ਜਿਹੜਾ ਇਹ ਸਾਥੀ ਹੈ ਉਹ ਡਿਊਟੀ ਆਪਰੇਸ਼ਨਲ ਰੀਜ਼ਨਸ ਅਸੀਂ ਡਿਕਲੇਅਰ ਨਹੀਂ ਉਹਦਾ ਨਾ ਕਰ ਰਹੇ ਬਟ ਇਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਆਏ ਆ ਤੇ ਇਹਦੀ ਅਰੈਸਟ ਵੀ ਪਾ ਚੁੱਕੇ ਹੈਗੇ ਔਰ ਉਹਦੀ ਨਿਸ਼ਾਨਦੇਹੀ ਤੇ ਸਾਨੂੰ 2 ਪਿਸਟਲ ਹੋਰ 32 ਬੋਰ ਔਰ 5 ਮੈਗਜ਼ੀਨ ਔਰ 2 ਜਿੰਦਾ ਰਾਉਂਡ ਵੀ ਬਰਾਮਦ ਕੀਤੇ ਔਰ ਸਾਨੂੰ ਉਮੀਦ ਹੈ ਕਿ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਕੁਝ ਵੱਡੀ ਇਨਪੁਟਸ ਰਿਵੀਲ ਹੋਣਗੇ ਔਰ ਇਸ ਜਿਹੜਾ ਇਹ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਲੈ ਕੇ ਆਏ ਆ ਇਹਦੇ ਤੇ ਵੀ ਭਾਰੀ ਮਾਤਰਾ ਵਿੱਚ ਅਸਲੇ ਦੀ ਇੰਟਰ ਸਟੇਟ ਸਪਲਾਈ ਕਰਨ ਦੇ ਵੱਖ ਵੱਖ ਪਰਚੇ ਦਰਜ ਹੈ ਸੋ ਇਸ ਤਰ੍ਹਾਂ ਜਿਹੜੀ ਸਾਡੀ ਖੰਨਾ ਪੁਲਿਸ ਦੀ ਆਪਰੇਸ਼ਨਲ ਸਾਡੀ ਡੀ ਟੀਮ ਹੈਗੀ ਹੈ ਸੀ ਆਈ ਏ ਦੀ ਟੀਮ ਇਹਨਾਂ ਨੇ ਜਿਹੜੇ 4 ਮੁਲਜ਼ਮ ਗ੍ਰਿਫਤਾਰ ਕੀਤੇ ਇਸ ਦੇ ਨਾਲ ਬੜੀ ਵੱਡੀ ਸਾਡੀ ਰਿਕਵਰੀ ਤੁਸੀਂ ਦੇਖ ਰਹੇ ਹੋ ਔਰ ਬਹੁਤ ਕੋਈ ਵੱਡਾ ਕ੍ਰਾਈਮ ਸ਼ਾਇਦ ਕਰਦੇ ਜੋ ਪ੍ਰੀਐਮਟ ਹੋ ਗਿਆ ਸੋ ਆਈ ਕੰਗਰੈਚੁਲੇਟ ਮਾਈ ਟੀਮ ਔਰ ਅੱਗੇ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਰਿਗਾਰਡਿੰਗ ਦੇਅਰ ਰੈਪੀਟੇਸ਼ਨ ਹੀ ਹੋ ਜਾਏਗੀ ਬਰਾਮਦਗੀ 8 ਪਿਸਟਲ ਹੈਗੇ ਸਾਡੇ 32 ਬੋਰ ਔਰ 14 ਮੈਗਜ਼ੀਨਸ 5 ਲਾਈਵ ਰਾਊਂਡਸ 1 ਗੱਡੀ ਹੁੰਡਾਈ ਵਰਨਾ ਵੈਨਿਊ ਔਰ ਜਿਹੜੇ ਇਹ 3 ਦੋਸ਼ੀ ਹੈ ਹਰਦੇਵ ਸਿੰਘ ਇਹਦੇ 'ਤੇ 3 ਪਰਚੇ ਦਰਜ ਹੈ ਪਹਿਲਾਂ 1 304 ਦਾ ਹੁਸ਼ਿਆਰਪੁਰ ਦਾ ਔਰ 2 NDPS ਦੇ ਜ਼ਿਲ੍ਹਾ ਬਟਾਲਾ ਦੇ ਰਵਿੰਦਰਪਾਲ 'ਤੇ ਵੀ 3 ਪਰਚੇ ਦਰਜ ਹੈ 1 307 ਦਾ ਅਤੇ 2 NDPS ਦੇ ਔਰ ਜਿਹੜਾ ਧਰਮਪ੍ਰੀਤ ਹੈ ਉਹਦੇ 'ਤੇ 1 ਪਰਚਾ NDPS ਦਾ ਸੋ 4 ਚੋਂ 3 ਦੀ ਕ੍ਰਿਮੀਨਲ ਹਿਸਟਰੀ ਆਲਰੇਡੀ ਹੈ ਔਰ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਇਆ ਸਾਨੂੰ ਉਮੀਦ ਹੈ ਕਿ ਸਾਨੂੰ ਇਸ 'ਚ ਹੋਰ ਰਿਕਵਰੀਜ਼ ਵੀ ਹੋ ਸਕਦੀ ਹੈ ਔਰ ਹੋਰ ਵੀ ਕੋਈ ਸੈਂਸੇਸ਼ਨ ਗੱਲ ਪਤਾ ਲੱਗ ਸਕਦੀ ਹੈ ਉਹ ਤੁਹਾਨੂੰ ਅਸੀਂ ਹੋਪਫੁਲੀ ਦੁਬਾਰਾ ਦੱਸਾਂਗੇ ਤੇ ਮੈਮ ਕਿਹੜੀ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ ਤੇ ਲੈਂਦੇ ਹੋ ਇਹਨੂੰ ਅਸੀਂ ਮਾਨਸਾ ਜੇਲ੍ਹ ਤੋਂ ਲੈ ਕੇ ਕੀ ਮੈਨੇਜਰ ਫੰਡ ਇਸ ਲਈ ਫੰਡਿੰਗ ਕੌਣ ਕਰਦਾ ਸੀ ਸੀ ਦਿਸ ਇਜ਼ 2 ਪ੍ਰੀਲਿਮਿਨਰੀ ਹਲੇ ਤਾਂ ਸਾਨੂੰ ਇੰਨੀ ਹੀ ਇਨਫੋਰਮੇਸ਼ਨ ਹੈ ਬਟ ਡਿਊਰਿੰਗ ਰਿਮਾਂਡ ਜੋ ਵੀ ਪਤਾ ਲੱਗੇਗਾ ਤੁਹਾਨੂੰ ਦੱਸਿਆ ਜਾਏਗਾ ਮੈਡਮ ਇਹਨਾਂ ਨੇ ਕਿਸੀਆਂ ਦੀ ਬਣੇ ਬਿਨਾਂ ਸਰ ਕਰਦੇ ਸੀ ਇਸ ਤਰ੍ਹਾਂ ਦਾ ਜੇ ਵੈਪਨ ਆਇਆ ਸੀਗਾ ਤੇ ਡੈਫੀਨਿਟਲੀ ਕਿਸੇ ਪਰਪਸਲੀ ਯੂਜ਼ ਹੋਣਾ ਸੀਗਾ ਬਟ ਹਲੇ ਸਾਡੀ ਤਫਤੀਸ਼ ਤੋਂ ਪਤਾ ਲੱਗੇਗਾ ਕਿ ਐਕਚੁਅਲੀ ਕਿਹਨੂੰ ਸਪਲਾਈ ਹੋਣਾ ਸੀ ਮੈਂ ਜਿੱਦਾਂ ਕਿ ਬਠਿੰਡਾ ਪੁਲਿਸ ਨੂੰ ਥ੍ਰੈਟ ਮਿਲਿਆ ਕਿ ਉਹਦੇ ਨਾਲ ਵੀ ਇਸ ਨੂੰ ਜੋੜ ਕੇ ਦੇਖਿਆ ਜਾ ਸਕਦਾ ਸੀ ਪੋਸਿਬਿਲਿਟੀ ਕੈਨ ਨਾਟ ਬੀ ਰੂਲਡ ਆਊਟ ਫॉर ਐਨੀਥਿੰਗ ਕਿਉਂਕਿ ਸਾਡੀ ਤਾਂ ਆਪਣੀ ਮਸਤੈਦੀ ਕਰਕੇ ਸਾਨੂੰ ਇਹ ਰਿਕਵਰੀ ਹੋਈ ਹੈ ਬਟ ਜੋ ਵੀ ਸਾਹਮਣੇ ਆਏਗਾ ਵੀ ਲੈਟ ਇਟ ਕੋਈ ਅਮਰਪਾਲ ਨਾਲ ਕੋਈ ਸੰਬੰਧ ਨਹੀਂ ਸੀ ਮੈਂ ਅਗੇਨ ਉਹੀ ਗੱਲ ਕਰਾਂਗੀ ਕਿ ਦੌਰਾਨੇ ਤਫਤੀਸ਼ ਜੋ ਵੀ ਗੱਲ ਆਈ ਹੈ ਸੀ ਦੱਸਾਂਗੇ